ਸਰਦਾਰ ਗੁਰਚਰਨ ਸਿੰਘ ਜੀ, ਬਹੁਤ ਅਕਸਰ ਇਹ ਵੇਖਿਆ ਗਿਆ ਹੈ ਕਿ ਜਿਹੜਾ ਬਾਹਰ ਬੈਠਾ ਹੈ ਸਿੱਖ, ਉਹਨੂੰ ਕੁਛ ਵੀਜ਼ੇ ਦੇ ਵਿੱਚ ਨਾ ਕੋਈ ਮੁਸ਼ਕਲਾਂ ਆਉਂਦੀਆਂ ਹਨ, ਕੋਈ ਦੁਸ਼ਵਾਰੀਆਂ ਆਉਂਦੀਆਂ ਹਨ, ਅੜਚਣਾਂ ਉਸਨੂੰ ਪੇਸ਼ ਆਉਂਦੀਆਂ ਹਨ। ਅਕਸਰ ਸਿੱਖ ਦੋਸਤ ਇਹ ਕਹਿੰਦੇ ਹਨ ਕਿ ਕੁਛ ਵੀਜ਼ੇ ਦੇ ਵਿੱਚ ਪਾਕਿਸਤਾਨੀ ਸਰਕਾਰ ਨਰਮੀ ਕਰ ਦੇਵੇ, ਜਿਵੇਂ ਕੈਨੇਡਾ ਦੇ ਵਿੱਚ ਲੋਕ ਬੈਠੇ ਹਨ, ਅਮੈਰੀਕਾ ਦੇ ਵਿੱਚ ਲੋਕ ਬੈਠੇ ਨੇ, ਯੂਕੇ ਦੇ ਵਿੱਚ ਬੈਠੇ ਨੇ, ਆਸਟ੍ਰੇਲੀਆ ਹੈ, ਨਿਊਜ਼ੀਲੈਂਡ ਹੈ, ਉਹ ਕੀ ਚਾਹੁੰਦੇ ਹੋ ਕਿ ਪਾਕਿਸਤਾਨੀ ਸਰਕਾਰ ਤੁਹਾਡੇ ਵਾਸਤੇ ਕੀ ਕਰੇ? ਜਿਹੜੇ ਵੀਜ਼ੇ ਹੈ ਜੀ, ਉਹ ਇਹ ਬਾਹਰ ਦੇ ਜਿਹਨਾਂ ਦੇ ਕੋਲ ਸਿਟੀਜਨ ਬਾਹਰ ਦੀ ਆ, ਉਹਨਾਂ ਨੂੰ ਓਪਨ ਵੀਜ਼ੇ ਦੇਣੇ ਚਾਹੀਦੇ ਆ। ਮਲਟੀਪਲ ਵੀਜ਼ਾ ਹੋਵੇ ਸਾਡੇ ਵਾਸਤੇ ਤਾਂ ਕਿ ਡਾਲਰ ਤੇ ਪਾਉਂਡ ਆਵੇ। ਸਿੱਖ ਆ ਜਿਹੜਾ ਉਹ ਆਪਣਾ ਕਰਜ਼ਾ ਤਾਰਨਾ ਚਾਹੁੰਦਾ ਇਮਰਾਨ ਖਾਨ ਸਾਹਿਬ ਦੇ ਅੱਗੇ। ਪਾਕਿਸਤਾਨ ਦਾ ਸਾਡੇ ਸਿਰ ਤੇ ਕਰਜ਼ਾ ਚੜ ਗਿਆ ਕਰਤਾਰਪੁਰ ਬਣਾ ਕੇ। ਹਾਂਜੀ, ਉਹ ਵੱਡਾ ਭਾਰ ਆ ਸਾਡੇ ਸਿਰ ਦੇ ਉੱਤੇ। ਹਰ ਇੱਕ ਸਿੱਖ ਆ ਜਿਹੜਾ ਉਹ ਦਿਲੋਂ ਚਾਹੁੰਦਾ ਵੀ ਅਸੀਂ ਆਪਣਾ ਜਿਹੜਾ ਇਹ ਕਰਜ਼ਾ ਜਿੰਦੇ ਜੀ ਉਤਾਰ ਦਈਏ। ਮੌਤ ਦਾ ਤਾਂ ਪਤਾ ਨਹੀਂ ਕਦੋਂ ਆ ਜਾਣੀ ਹੈਗੀ ਆ, ਤੇ ਕਿਤੇ ਇਹੋ ਜਿਹਾ ਨਾ ਹੋ ਜਾਏ ਕਿ ਅਸੀਂ ਇਹ ਕਰਜ਼ਾ ਲੈ ਕੇ ਚਲੇ ਜਾਈਏ। ਜੋ ਸਾਡੇ ਵਾਸਤੇ ਕੀਤਾ, ਜੋ ਸਾਡੇ ਵਾਸਤੇ, ਤੇ ਅਸੀਂ ਸਿਰ ਮੱਥੇ ਤੇ ਆ। ਉਹਦੇ ਵਿੱਚ ਅੜਚਣ ਇਹੀ ਆਉਂਦੀ ਆ ਕਿ ਤੁਸੀਂ ਉੱਥੋਂ ਇਨਵੀਟੇਸ਼ਨ ਚਿੱਠੀ ਮੰਗਾਓ। ਚਲੋ, ਮੇਰੀ ਵਾਕਫੀਅਤ ਹੈ, ਤੁਹਾਡੇ ਨਾਲ ਫਰਜ਼ ਕੀਤਾ, ਮੈਨੂੰ ਡਿਪਾਰਟਮੈਂਟ ਜਾਂ ਗੁਰਦੁਆਰਾ ਚਿੱਠੀ ਨਹੀਂ ਦੇਵੇਗਾ, ਮੈਂ ਤੁਹਾਨੂੰ ਕਹਾਂਗਾ ਯਾਰ ਰਜਤ ਸਾਹਿਬ ਮੈਨੂੰ ਇੱਕ ਚਿੱਠੀ ਦੇ ਦਿਓ ਸਪੋਂਸਰਸ਼ਿਪ, ਤੁਸੀਂ ਲਿਖ ਕੇ ਦੇਣਾ ਗੁਰਚਰਨ ਸਿੰਘ ਆ ਰਿਹਾ ਜੀ ਆ ਬਹੁਤ, ਹਾਂਜੀ ਵੀ ਮੈਂ ਜ਼ਿੰਮੇਵਾਰ ਹਾਂ। ਜਿਹੜੇ ਆਮ ਲੋਕ ਨੇ ਜਿਹਨਾਂ ਦਾ ਕੋਈ ਹੈ ਹੀ ਨਹੀਂ, ਕਿਉਂਕਿ ਹਰ ਇੱਕ ਸਿੱਖ ਦਾ ਦਿਲ ਜੁੜਿਆ ਹੋਇਆ ਕਰਤਾਰਪੁਰ ਤੇ ਨਨਕਾਣਾ ਸਾਹਿਬ। ਸਾਡੀਆਂ ਬੁੱਢੀਆਂ ਮਾਵਾਂ, ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ ਚੱਕੀ ਪੀਂਦੀਆਂ ਹੁੰਦੀਆਂ ਸੀ ਨਾ, ਰਾਤ ਸੁਬਾ ਉੱਠ ਕੇ ਉਹ ਪੀਂਦੀਆਂ ਹੁੰਦੀਆਂ, ਚੋ ਗਾਉਂਦੀਆਂ ਹੁੰਦੀਆਂ ਸੀਗੀਆਂ, ਧੂੜ ਨਨਕਾਣੇ ਦੀ ਜੇ ਮਿਲੇ ਤਾਂ ਮਸਤ ਕਲਾਵਾਂ, ਮਸਤ ਹੋਗਾ ਮੱਥਾ, ਤੇ ਮੈਨੂੰ ਕਿਤੇ ਧੂੜੇ ਮਿਲ ਜਾਵੇ ਮੈਂ ਚੁੱਕ ਕੇ ਮੱਥੇ ਨੂੰ ਲਾ ਲਵਾਂ। ਉਹ ਜਿਹੜੀਆਂ ਸ਼ਰਧਾ ਹੈ ਅੰਦਰ ਹਰ ਇੱਕ ਸਿੱਖ ਦੇ, ਹਰ ਇੱਕ ਬੱਚੇ ਦੀ, ਉਹ ਜਾਣਾ ਚਾਹੁੰਦਾ। ਬੱਚੇ ਸਾਡੇ ਜਿਹੜੇ ਇੱਥੇ ਬੋਰਨ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਨਨਕਾਣਾ ਸਾਹਿਬ ਠੀਕ ਆ, ਬਟ ਦੇ ਵਾਂਟ ਟੂ ਕਮ। ਉਹ ਆਉਣਾ ਚਾਹੁੰਦੇ ਜਦੋਂ ਉਹਨਾਂ ਨੂੰ ਅਸੀਂ ਦੱਸੀਦਾ ਵੀ ਬਾਬਾ ਜੀ ਦਾ ਜਨਮ ਦਿਨ, ਉਹ ਆਈ ਵਾਂਟ ਟੂ ਗੋ ਦੇਅਰ। ਹੁਣ ਜਾਈਏ ਕਿੱਦਾਂ, ਜਦੋਂ ਇੱਥੇ ਜਾਂਦੇ ਹਾਂ ਵੀਜ਼ੇ ਲੈਣ ਵਾਸਤੇ ਜਾਂਦੇ ਹਾਂ, ਉਹ 3600 ਗਾਹਾਂ ਕੁਐਸਚਨ ਮਤਲਬ ਪੁੱਛਦੇ ਨੇ, ਆਰਗੂਮੈਂਟ ਵੀ ਸਾਡੇ ਨਾਲ ਕਰਦੇ, ਬਾਈ ਯੂ ਗੋ ਟੂ, ਇਹ ਪ੍ਰੋਬਲਮ ਆ। ਹੁਣ ਉੱਥੇ ਜਦੋਂ ਆਈਦਾ ਉੱਥੇ ਉਹ ਕਹਿੰਦੇ ਜੀ ਸਾਡੇ ਅਸੀਂ ਇਹ ਕਰ ਦਿੱਤਾ, ਜਦੋਂ ਇੱਥੇ ਆਉਂਦੇ ਹਾਂ ਇੱਥੇ ਆ ਕੇ ਉਹ ਟਿਊਨੇ ਹੋਰ ਹੁੰਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਅਸੀਂ ਮੈਂ ਚਿੱਠੀਆਂ ਵੀ ਡਰਾਫਟ ਕਰਕੇ ਮਤਲਬ ਪਾਈਆਂ ਕਈ ਦਫ਼ਾ ਵੀ ਇਹ ਜਿਹੜਾ ਇਸ਼ੂ ਆ ਇਹਨੂੰ ਸੀਰੀਅਸ ਲਿਆ ਜਾਵੇ ਤਾਂ ਕਿ ਅਸੀਂ ਆਪਣਾ ਕਰਜ਼ਾ ਜਿਹੜਾ ਸਾਡੇ ਸਿਰ ਤੇ ਅਸੀਂ ਉਤਾਰ ਸਕੀਏ। ਹਾਂਜੀ, ਡਾਲਰ ਆ, ਪੌਂਡ ਆ, ਯੂਰੋ ਆ, ਉਹ ਲੈ ਕੇ ਲੋਕ ਆਉਂਦੇ ਨੇ ਆਪਣੀ ਆਪਣੀ ਸ਼ਰਧਾ ਦੇ ਮੁਤਾਬਿਕ। ਸਾਡਾ ਇੱਕ ਟ੍ਰੈਂਡ ਆ ਕਿ ਅਸੀਂ ਦਸਵਾਂ ਹਿੱਸਾ ਜਿਹੜਾ ਕੱਢਣਾ ਉਹ ਗੁਰੂ ਦੇ ਹਵਾਲੇ ਕਰਨਾ, ਉਹਦਾ ਲੰਗਰ ਚੱਲੇ, ਉਹਦਾ ਮੈਡੀਕਲ ਚੱਲੇ, ਕਿਸੇ ਗਰੀਬ ਆਦਮੀ ਨੂੰ ਅੱਖ ਮਿਲ ਜਾਣੀ, ਕਿਸੇ ਗਰੀਬ ਆਦਮੀ ਨੂੰ। ਮੈਨੂੰ ਕਿੰਨੇ ਮੈਸੇਜ ਆਉਂਦੇ, ਮੈਂ ਤੁਹਾਨੂੰ ਭੇਜਾਂਗਾ ਕਿ ਉਹ ਕਹਿੰਦੇ ਸਰਦਾਰ ਜੀ ਤੁਸੀਂ ਐਤਕੀ ਆਏ ਨੀ, 4 ਦਿਨ ਲੰਗਰ ਤੇ ਛਕ ਲਈਦਾ ਸੀ ਰੱਜ ਕੇ, ਉਹ ਤੁਸੀਂ ਵੀ ਦੇਖਿਆ ਉੱਥੇ। ਹਾਂਜੀ, ਹੁਣ ਸਾਡੇ ਪਾਸ ਭਾਜੀ ਅਸੀਂ ਉਸ ਪਿੰਡ ਦੇ ਵਿੱਚ, ਕਿਉਂਕਿ ਆਪਾਂ ਆਪਣੇ ਮਜ਼ਹਬ ਦੀ ਗੱਲ ਆ, ਪਰ ਹੋ ਸਕਦਾ ਮੈਂ ਗਲਤ ਹੋਵਾਂ ਉਹਦੇ ਵਿੱਚ,
ਮੈਂ ਉਸ ਜਗ੍ਹਾ ਦੇ ਉੱਤੇ ਸਿਲਾਈ ਸੈਂਟਰ ਲੜਕੀਆਂ ਵਾਸਤੇ ਖੋਲਿਆ, ਪਿੰਡਾਂ ਦੀਆਂ ਕੁੜੀਓ ਆਓ ਤੁਸੀਂ ਆ ਕੇ ਆਪਣਾ ਟਰੇਡ ਲਵੋ, ਟਰੇਡ ਸਿੱਖ ਕੇ ਤੁਸੀਂ ਸਹੁਰੇ ਘਰ ਜਾਓਗੀਆਂ, ਤੁਸੀਂ ਕੱਪੜੇ ਸਿਲਾਈ ਕਰਕੇ ਆਪਣੀ ਰੋਟੀ ਦਾ ਗੁਜ਼ਾਰਾ ਤੇ ਕਰ ਸਕਦੀਆਂ ਨਾ। 35 ਕੁੜੀਆਂ ਇਸ ਵੇਲੇ ਉੱਥੇ ਟਰੇਡ ਸਿੱਖ ਰਹੀਆਂ ਨੇ। ਅਸੀਂ ਜਗ੍ਹਾ ਜਗ੍ਹਾ ਤੇ ਟਰੇਡ ਖੋਲਣਾ ਚਾਹੁੰਦੇ ਹਾਂ, ਅਸੀਂ ਕੰਪਿਊਟਰ ਸੈਂਟਰ ਖੋਲਣੇ ਚਾਹੁੰਦੇ ਹਾਂ। ਪਿੰਡਾਂ ਦੇ ਮੁੰਡਿਓ ਸਿੱਖੋ, ਤੁਸੀਂ ਟਰੇਡ ਦੇ ਵਿੱਚ ਆਓ, ਪਲੰਬਰ ਬਣੋ, IT ਖੋਲੀਏ, ਇਲੈਕਟ੍ਰੀਸ਼ਨ ਬਣੋ ਤੁਸੀਂ, ਕਿਤੇ ਤੁਸੀਂ ਇਹ ਨਾ ਮੰਗਦੇ ਨਾ ਫਿਰੋ ਤੁਸੀਂ। ਇਹ ਜਿਹੜੀਆਂ ਚੀਜ਼ਾਂ ਨੇ ਇਹ ਕੰਟਰੀ ਨੂੰ ਉੱਤੇ ਲੈ ਜਾਂਦੀਆਂ ਨੇ। ਹਾਂਜੀ, ਇਹ ਮੇਰੀ ਇੱਕ ਰਿਕੁਐਸਟ ਆ ਤੁਹਾਡੇ ਚੈਨਲ ਦੇ ਜ਼ਰੀਏ, ਜੇਕਰ ਕੋਈ ਸੁਣਦਾ ਹੋਵੇ ਆਫਿਸਰ, ਤੇ ਪਲੀਜ਼ ਇਹ ਕੰਮ ਜ਼ਰੂਰ ਕਰਨਾ ਹੈਗਾ, ਜਿਹਦੇ ਨਾਲ ਕਿ ਅਸੀਂ ਵੀ ਸੁਖੀ ਰਹੀਏ, ਸਾਡੇ ਮਨ ਨੂੰ ਸਕੂਨ ਮਿਲੇ ਕਿ ਅਸੀਂ ਯਾਰ ਜਿਉਂਦੇ ਜੀ ਇਮਰਾਨ ਸਾਹਿਬ ਉਹਨਾਂ ਦਾ ਕਰਜ਼ਾ ਉਤਾਰ ਦਿੱਤਾ, ਪਾਕਿਸਤਾਨ ਦੇ ਆਵਾਮ ਦਾ ਕਰਜ਼ਾ ਉਤਾਰ ਦਿੱਤਾ। ਕਿੱਥੋਂ ਪਿਆਰ ਮਿਲੇਗਾ? ਰਾਤ ਨੂੰ 2:30 ਵਜੇ ਸੀਗੇ, ਦੋ ਸਿੰਘ ਹੋਰ ਸੀ ਮੇਰੇ ਨਾਲ, ਮੇਰੀ ਵਾਈਫ ਤੇ ਸਦਾ ਮੇਰੇ ਨਾਲ ਹੀ ਹੁੰਦੀ ਆ, ਚਮਨ ਆਈਸਕ੍ਰੀਮ ਵਾਲਿਆਂ ਦੇ ਚਲੇ ਜਾਂਦੇ ਸੀ। ਮੈਂ ਅੰਦਰ ਵੜਦੇ ਨੇ ਬੜੀ ਉੱਚੀ ਆਵਾਜ਼ ਨਾਲ ਕਿਹਾ, ਮੈਂ ਕਿਹਾ ਯਾਰ ਸ਼ੂਗਰ ਫ੍ਰੀ ਆਈਸਕ੍ਰੀਮ ਹੈਗੀ ਤੁਹਾਡੇ ਕੋਲ, ਮੈਂ ਕੀਤਾ ਤਾਂ ਮਜ਼ਾਕ। ਉਹ ਕਹਿਣ ਲੱਗਾ ਸਰਦਾਰਾ ਸਾਹਿਬ ਵਿੱਚ ਮੇਰੇ ਕੋਲ ਆ ਜਾ ਤੂੰ ਅੰਦਰ। ਅਸੀਂ ਆਈਸਕ੍ਰੀਮ ਖਾਧੀ ਆ ਭਾਜੀ, ਆਈਸਕ੍ਰੀਮ ਖਾ ਕੇ ਤੁਰਨ ਲੱਗੇ। ਹੁਣ ਚਮਨ ਆਈਸਕ੍ਰੀਮ ਵਾਲਾ ਮਸ਼ਹੂਰ ਆ, ਐਕਸਪੈਂਸਿਵ ਵੀ ਹੈਗਾ, ਪੈਸੇ ਦੇਣ ਲੱਗਾ ਮੈਨੂੰ, ਕਹਿੰਦਾ ਸਰਦਾਰਾ ਕਾਹਦੇ ਪੈਸੇ, ਹੋਏ ਹੋਏ ਸਰਦਾਰਾ ਕਾਹਦੇ ਪੈਸੇ। ਮੈਂ ਕਿਹਾ ਯਾਰ ਨਹੀਂ, ਇਹ ਆਈਸਕ੍ਰੀਮ ਕਹਿੰਦੀਆਂ ਨਾ, ਤੁਸੀਂ ਸਾਡੇ ਪ੍ਰਾਹੁਣੇ ਆ। ਇਹ ਚੀਜ਼ਾਂ ਜਿਹੜੀਆਂ ਦਿਲ ਖਿੱਚਦੀਆਂ ਨੇ, ਦਿਲ ਖਿੱਚਦੀਆਂ ਨੇ। ਲਾਹੌਰੀ ਉਹ ਤੁਹਾਡਾ ਤਾਂ, ਤੁਹਾਡੀਆਂ ਤਾਂ ਦਾਵਤਾਂ ਹੀ ਨੀ ਮੁੱਕਦੀਆਂ ਯਾਰ, ਮੈਂ ਕਿੱਥੇ ਕਿੱਥੇ ਸਿਫਤ ਕਰਾਂ ਤੁਹਾਡੀ। ਉਹ ਅੱਲਾਹ ਤਾਲਾ ਨੇ ਇਹ ਬਾਰਡਰ ਬਣਾ ਤੇ, ਕਿਉਂ ਬਣਾ ਤੇ ਬਾਰਡਰ? ਸਾਡੀ ਮਾਂ ਇੱਕ, ਸਾਡੇ ਬਾਪ ਇੱਕ ਸੀਗੇ, ਫੈਮਿਲੀਆਂ ਵੰਡ ਹੋ ਗਈਆਂ, ਹਾਂਜੀ ਸਾਡੀ ਬੋਲੀ ਵੰਡ ਹੋ ਗਈ, ਤੇ ਇਹਨਾਂ ਦੇ ਉੱਤੇ, ਇਸ਼ੂ ਦੇ ਉੱਤੇ ਦੱਬ ਕੇ ਇੱਕ ਦਿਨ ਬੋਲਾਂਗੇ ਆਪਾਂ, ਰੱਜ ਕੇ ਮਤਲਬ ਗੱਲ ਕਰਨੀ ਹੈਗੀ ਆ, ਤਾਂ ਕਿ ਦੁਨੀਆਂ ਨੂੰ ਪਤਾ ਲੱਗੇ। ਬਿਲਕੁਲ ਠੀਕ, ਬਿਲਕੁਲ ਠੀਕ, ਅਸੀਂ ਇਸ ਤੇ ਵੀ ਪ੍ਰੋਗਰਾਮ ਕਰਾਂਗੇ। ਤੇ ਹੁਣ ਮੇਰੇ ਖਿਆਲ ਚ ਕਾਫੀ ਟਾਈਮ ਹੋ ਗਿਆ ਤੇ ਬੜੀ ਲੰਬੀ ਟਾਕ ਤੁਹਾਡੇ ਨਾਲ ਹੋ ਗਈ, ਤੇ ਤੁਹਾਡਾ ਮੈਂ ਦਿਲੀ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਨਾ, ਧੰਨਵਾਦ ਹੈ ਤੁਹਾਡਾ ਕਿ ਤੁਸੀਂ ਇਤਨਾ ਲੰਬਾ ਟਾਈਮ ਦਿੱਤਾ, ਇਤਨੀਆਂ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਸੁਣਨ ਵਾਲਿਆਂ ਵਾਸਤੇ। ਤੇ ਸ਼ੁਕਰੀਆ ਤੇ ਆਪਾਂ ਅੱਲਾਹ ਤਾਲਾ ਦਾ ਕਰਨਾ, ਠੀਕ ਨੀ? ਸ਼ੁਕਰ ਮੇਰਾ ਸ਼ੁਕਰ ਯਾਰ, ਮੈਂ ਤੇ ਛੋਟਾ ਜਿਹਾ ਆਦਮੀ ਆ। ਤੁਹਾਡੀ ਮੁਹੱਬਤ ਹੈ, ਤੁਹਾਡਾ ਵੱਡਾਪਨ ਹੈ, ਤੁਸੀਂ ਬਹੁਤ ਖੂਬਸੂਰਤ ਇਨਸਾਨ ਹੋ, ਔਰ ਜਿਹੜੇ ਸਾਡੇ ਚੈਨਲ ਦੇ ਰਾਹੀਂ ਤੁਹਾਡੀਆਂ ਗੱਲਾਂ ਸੁਣਨਗੇ, ਸਾਨੂੰ ਪੂਰੀ ਆਸ ਹੈ ਕਿ ਉਹਨਾਂ ਦੇ ਅੰਦਰ ਵੀ ਤੁਹਾਡੇ ਵਾਲੀ ਹਿਊਮੈਨਿਟੀ ਜਿਹੜੀ ਹੈ, ਇਹ ਜਿਹੜਾ ਇਨਸਾਨਾਂ ਨਾਲ ਪਿਆਰ ਹੈ, ਇਹ ਯਕੀਨ ਜਾਗੇਗਾ। ਔਰ ਇਹੀ ਅਸਲ ਹੈ ਕਿ ਲੋਕਾਂ ਨਾਲ ਪਿਆਰ ਕਰੋ, ਲੋਕਾਂ ਦੀ ਸੇਵਾ ਕਰੋ, ਇਹੀ ਅਸਲ ਹੈ। ਆਪਣਾ ਢਿੱਡ ਪਾਲਣਾ, ਆਪਣੇ ਮਹਿਲ ਮਿਨਾਰੇ ਬਣਾਉਣੇ, ਇਹ ਤੇ ਫਿਰ ਹਰ ਕੋਈ ਬਣਾ ਦਿੰਦਾ। ਤੇ ਬਹੁਤ ਸ਼ੁਕਰੀਆ ਸਰਦਾਰ ਗੁਰਚਰਨ ਸਿੰਘ ਬਲਵੈਤ ਜੀ, ਅਖੀਰ ਤੇ ਕੋਈ ਤੁਸੀਂ ਸੁਣਨ ਵਾਲਿਆਂ ਨੂੰ ਕੁਛ ਮੈਸੇਜ ਦੇਣਾ ਚਾਹੋ, ਕੁਛ ਕਹਿਣਾ ਚਾਹੋ ਤਾਂ ਪਲੀਜ਼ ਤੁਸੀਂ ਕਹਿ ਸਕਦੇ। ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਆਪਾਂ ਰਲ ਕੇ ਨਾਰਾ ਲਾਈਏ ਪੀਸ ਦਾ, ਸਾਰੇ ਜਾਣੇ ਇਕੱਠੇ ਹੋ ਕੇ ਅਸੀਂ ਇਹ ਇਹ ਜਿਹੜਾ ਲੰਗਰ ਦੀ ਪਰੰਪਰਾ ਆ ਉਹਨੂੰ ਤੋਰੀਏ, ਸਾਡਾ
ਮਸਾਇਆ ਜਾਂ ਕੋਈ ਹੋਰ ਆਦਮੀ ਉਹ ਭੁੱਖਾ ਨਾ ਰਾਤ ਨੂੰ ਸੌਵੇ ਤੇ ਉਹਨਾਂ ਨੂੰ ਅਸੀਂ ਮੈਡੀਕਲ ਦੇਈਏ, ਪਿੰਡਾਂ ਦੇ ਜਿਹੜੀਆਂ ਲੋਕ ਨੇ ਉਹ ਕਾਫੀ ਤੜਫਦੇ ਨੇ। ਹਾਂਜੀ, ਇੱਧਰ ਵੀ ਮੈਂ ਆ ਕੇ ਚੜ੍ਹਦੇ ਪੰਜਾਬ ਚ ਵੀ ਕੈਂਪ ਲਾਇਆ, ਪਰ ਇੱਧਰ ਦੀ ਹਾਲਾਤ ਕੁਛ ਹੋਰ ਆ। ਹਰ ਇੱਕ ਘਰ ਦਾ ਪੁੱਤ ਜਿਹੜਾ ਉਹ ਬਾਹਰ ਗਿਆ ਹੋਇਆ, ਜਿਹੜਾ ਕੈਨੇਡਾ ਅਮਰੀਕਾ ਨਹੀਂ ਆਇਆ ਉਹ ਡੁਬਈ ਤਾਂ ਜ਼ਰੂਰ ਬੈਠਾ ਨਾ ਆ ਕੇ, ਉਹ ਰੋਟੀ ਚੱਲਦੀ ਹੈ ਉਹਨਾਂ ਦੀ। ਸੋ ਇੱਧਰ ਮੈਨੂੰ ਪਤਾ ਨਹੀਂ ਕਿ ਮੇਰਾ ਪਿਆਰ ਕਿਉਂ ਪਿਆ ਉੱਥੇ। ਉਹ ਗੁਰੂ ਨਾਨਕ ਦੀ ਧਰਤੀ ਆ, ਮੈਂ ਪਾਕਿਸਤਾਨ ਨੂੰ ਕਦੇ ਮਾੜਾ ਨਹੀਂ ਕਹਿ ਸਕਦਾ, ਜੇ ਮੈਂ ਉਹਨੂੰ ਮਾੜਾ ਕਹਾਂ ਮੈਂ ਆਪਣੇ ਗੁਰੂ ਨੂੰ ਵੀ ਮਾੜਾ ਕਹਾਂਗਾ। ਠੀਕ ਨੀ? ਤੇ ਇਹ ਪਾਕਿਸਤਾਨ ਜ਼ਿੰਦਾਬਾਦ ਆ ਹਮੇਸ਼ਾ। ਜਿਸ ਧਰਤੀ ਨੇ ਇਹੋ ਜਿਹੇ ਔਲੀਆਂ ਨੂੰ ਜਨਮ ਦਿੱਤਾ, ਫਕੀਰ ਬਾਬਾ ਫਰੀਦ ਉੱਥੇ ਪੈਦਾ ਹੋਏ, ਭੁੱਲੇ ਸ਼ਾਹ ਉੱਥੇ ਪੈਦਾ ਹੋਏ, ਮੀਆਂ ਮੀਰ ਜੀ ਉੱਥੇ ਹੋਏ, ਗੁਰੂ ਨਾਨਕ ਜੀ ਉੱਥੇ, ਸਾਡੇ ਚੌਥੇ ਗੁਰੂ ਦਾ ਜਨਮ ਉੱਥੇ, ਗੁਰੂ ਰਾਮਦਾਸ ਦਾ ਝੂਨਾ ਮੰਡੀ ਦੇ ਵਿੱਚ, ਤੇ ਹੋਰ ਕਿੰਨੇ ਨੇ। ਜੇ ਦੂਏ ਪਾਸੇ ਅਸੀਂ ਆ ਜਾਂਦੇ ਹਾਂ, ਇਹ ਮਜ਼ਹਬੀ ਤੋਂ ਛੱਡ ਕੇ ਕਲਚਰ ਦੇ ਵਿੱਚ ਆ ਜਾਂਦੇ ਹਾਂ, ਹੀਰ ਆ, ਰਾਂਝਾ ਆ, ਯੂਨੋ ਬਾਰੇ ਕਿੰਨੇ ਕਿੰਨੇ, ਮਤਲਬ ਉਸ ਪਾਕ ਧਰਤੀ ਦੇ ਉੱਤੇ ਜਿਸ ਨੇ ਪਾਕਿਸਤਾਨ ਦਾ ਨਾਮ ਰੱਖਿਆ ਨਾ, ਸੋਚ ਕੇ ਰੱਖਿਆ ਕਿ ਇੱਕ ਵਾਕਈ ਪਾਕ ਧਰਤੀ ਹੈ। ਠੀਕ ਆ, ਕਰਪਸ਼ਨਾਂ ਤਾਂ ਸਾਰੇ ਪਾਸੇ ਚੱਲਦੀਆਂ ਨੇ। ਜੇ ਇਹ ਤੇ ਜਿਹੜੀਆਂ ਸੁਸਾਇਟੀਆਂ ਹੁੰਦੀਆਂ ਨਾ, ਦੁਨੀਆਂ ਦੀ ਹਰ ਸੁਸਾਇਟੀ ਦੇ ਵਿੱਚ ਇਹ ਹੋਏਗਾ। ਔਰ ਉਹਦੇ ਨਾਲ ਫਿਰ ਕੁਛ ਲੋਕਾਂ ਦਾ ਕਰੈਕਟਰ ਵੀ ਹੁੰਦਾ ਹੈ, ਕੁਛ ਬੈੜੇ ਲੋਕ ਜਦੋਂ ਵਾੜੇ ਆਉਂਦੇ ਨਾ, ਕਾਰ ਮੁਖਤਾਰ ਸਾਰਾ ਰਿਆਸਤਾਂ ਤੋਂ ਸੰਭਾਲ ਲੈਂਦੇ ਨੇ, ਤੇ ਉੱਥੇ ਸਾਰਾ ਕੁਝ ਹੁੰਦਾ ਹੈ। ਔਰ ਬੜੀ ਸਾਨੂੰ ਉਮੀਦ ਹੈ ਕਿ ਇੱਥੇ ਅੱਛੇ ਲੋਕ ਆਣਗੇ। ਇਹ ਜਿਹੜੀ ਇੱਕ ਇੱਥੋਂ ਦੇ, ਕੁਝ ਜ਼ਰੂਰੀ ਨਹੀਂ ਹੈ ਕਿ ਇੱਥੋਂ ਦੇ ਜਿਹੜੇ 12-13 ਕਰੋੜ ਲੋਕ ਹਨ ਪੰਜਾਬ ਦੇ ਅੰਦਰ ਬੈਠੇ, ਇਹ ਸਾਰੇ ਕਰਪਟ ਨਹੀਂ ਹਨ। ਕੁਛ ਚੰਦ ਲੋਕ ਹਨ ਜਿਹੜੇ ਆਪਣੇ ਫਾਇਦਿਆਂ ਲਈ ਇਹ ਸਾਡਾ ਫੇਸ ਤਬਾਹ ਕਰ ਰਹੇ ਹਨ ਔਰ ਇਹ ਪਿੱਛੇ ਹਟਣਗੇ। ਇਹ ਜਿਹੜਾ ਫੇਸ ਪਾਕਿਸਤਾਨ ਦਾ ਇੱਕ ਹੈ, ਜਿਹੜਾ 22-23 ਕਰੋੜ ਲੋਕਾਂ ਦਾ ਹੈ, ਇਹ ਬੜੇ ਖੂਬਸੂਰਤ ਲੋਕ ਹਨ, ਤੁਸੀਂ ਆ ਕੇ ਅਕਸਰ ਦੇਖਦੇ ਹੋ। ਔਰ ਇਹ ਮਜ਼ੀਦ ਇਹ ਖਿੱਤਾ ਜਿਹੜਾ ਹੈ, ਤੁਹਾਨੂੰ ਲਿੰਕ ਅਸੀਂ ਇਸ ਲਈ ਕਰਦੇ ਹਾਂ, ਲੋਕਾਂ ਨੂੰ ਦਿਖਾਉਂਦੇ ਇਸ ਲਈ ਹਾਂ ਕਿ ਕਿਹੜੀਆਂ ਚੀਜ਼ਾਂ ਇਸ ਖਿੱਤੇ ਨੂੰ ਅੱਗੇ ਲਿਜਾ ਸਕਦੀਆਂ, ਅੱਗੇ ਵਧਾ ਸਕਦੀਆਂ, ਔਰ ਉਹ ਇੱਕ ਦਿਨ ਖਿੱਤਾ ਲਾਜ਼ਮੀ ਅੱਗੇ ਵਧੇਗਾ। ਦੇਖੋ, ਨੈਗੇਟਿਵ ਪੋਜੀਟਿਵ ਤਾਂ ਹਰ ਇੱਕ ਜਗ੍ਹਾ ਦਾ ਹੈ। ਨੈਗੇਟਿਵ, ਅਗਰ ਨੈਗੇਟਿਵ ਤਾਰ ਨਹੀਂ ਲੱਗਦੀ ਤੇ ਲਾਈਟ ਨਹੀਂ ਆਉਂਦੀ। ਹਾਂ, ਉਹ ਦੋ ਹੀ ਚੀਜ਼ਾਂ ਬਰਾਬਰ ਹੀ ਬਰਾਬਰ ਤੁਰਦੀਆਂ ਨੇ, ਤੇ ਉਹ ਹੋਣਾ ਵੀ ਜ਼ਰੂਰੀ ਹੈਗਾ। ਮੈਂ ਹਮੇਸ਼ਾ ਹੀ ਆਪਣਾ ਜਿਹੜਾ ਮੇਰਾ ਆਪੋਜੀਸ਼ਨ ਆ ਉਹਨੂੰ ਮੈਂ ਗੁਰੂ ਮੰਨਦਾ ਹੁੰਦਾ, ਕਿਉਂਕਿ ਆਪੋਜੀਸ਼ਨ ਜਿਹੜਾ ਆਦਮੀ ਆ ਨਾ, ਉਹ ਤੁਸੀਂ ਸੋਚ ਕੇ ਤੁਰਦੇ ਆ ਕਿ ਯਾਰ ਮੈਨੂੰ ਇਹ ਇੱਥੇ ਰਜਾ ਸਾਹਿਬ ਨੇ ਟੋਕਣਾ ਆ, ਮੈਂ ਪਹਿਲਾਂ ਹੀ ਆਪਣੀ ਤਿਆਰੀ ਕਰਕੇ ਤੁਰਦਾ। ਆਪੋਜੀਸ਼ਨ ਵਾਲਾ ਹਮੇਸ਼ਾ ਹੀ ਤੁਹਾਡਾ ਦੁਸ਼ਮਣ ਜਿਹੜਾ ਉਹ ਤੁਹਾਡਾ ਗੁਰੂ ਹੀ ਹੁੰਦਾ, ਕਿਉਂਕਿ ਉਹ ਤੋਂ ਤੁਸੀਂ ਬਚਣਾ ਕਿਵੇਂ ਆ। ਬਿਲਕੁਲ ਸਹੀ, ਮਤਲਬ ਉਹ ਸੋਚਦੇ ਆ, ਤੁਸੀਂ ਸੋਚਦੇ ਮੇਰਾ ਦੁਸ਼ਮਣ ਆ, ਪਰ ਉਹ ਦੁਸ਼ਮਣ ਤੋਂ ਬਚਣਾ ਕਿਵੇਂ, ਉਹ ਵੀ ਤੁਸੀਂ ਆਪਣੀ ਵਿਉਂ ਤੇ ਤਿਆਰ ਕਰਦੇ ਆ ਨਾ। ਇੱਕੋ ਗੁਰੂ ਆ, ਬਾਕੀ ਚੀਜ਼ਾਂ ਇਹ ਨੇ ਕਿ ਗਿਆਨ ਆ, ਜਿਹੜਾ ਜ਼ਿੰਦਗੀ ਦਾ ਗਿਆਨ ਆ ਉਹ ਕੀ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜਾਂ ਸੌਣ ਲੱਗਦੇ ਹਾਂ ਆਪਣੇ ਸੋਚਦੇ ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀਤਾ, ਮਾੜੇ ਕੰਮ ਕੀਤੇ ਆ, ਚੰਗੇ ਕੀਤੇ ਆ। ਆਪਾਂ ਉਹਨੂੰ ਇਗਨੋਰ ਕਰ ਦਈਦਾ, ਮੈਂ ਤਾਂ ਕਿਸੇ ਦਾ ਮਾਰਿਆ ਹੀ ਨਹੀਂ, ਮੈਂ ਤਾਂ ਕਿਸੇ ਦਾ ਖਾਧਾ ਹੀ ਨਹੀਂ। ਠੀਕ ਨੇ? ਤੇ ਪਰ ਆਦਮੀ ਨੂੰ ਪਤਾ ਸਭ ਕੁਛ ਹੁੰਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਾਬਾ ਜੀ ਕਹਿ ਰਹੇ ਇਹ ਸਰੀਰ ਤੂੰ ਉਹਦੀ ਅੱਲਾਹ ਤਾਲਾ ਤੋਂ ਛੁੱਟ ਕੇ ਆਇਆ, ਆਪਣੇ ਆਪ ਨੂੰ ਪਛਾਣ ਤੂੰ ਕੌਣ ਆ। ਤੇ ਇਹ ਜੋਤ ਅੰਦਰ ਵਸਦੀ ਆ, ਰੱਬ ਅੰਦਰ ਆ,
ਤੇ ਨਾ ਗੁਰਦੁਆਰਿਆਂ ਚ, ਨਾ ਮਸਜਿਦ ਦੇ, ਨਾ ਕਿਸੇ ਬੈਠਾ ਬੋਲੇ ਸ਼ਾਹ ਉਹ ਕੀ ਕਹਿੰਦੇ ਨੇ ਤੇ ਹਾਂਜੀ ਤੇ ਉਹ ਇਹ ਮਤਲਬ ਸਾਡੇ ਕੋਲ ਇਸ਼ੂ ਬਹੁਤ ਨੇ ਇਹਦੇ ਉੱਤੇ ਆਪਾਂ ਗੱਲਬਾਤ ਕਰਦਿਆਂ ਕਰਦਿਆਂ ਤੇ ਭਾਵੇਂ ਪੂਰੀ ਦਿਹਾੜੀ ਚਲੀ ਜਾਈਏ ਤੇ ਮੈਂ ਇਹੀ ਇੱਕ ਕਹਿਣਾ ਚਾਹੁੰਦਾ ਪਾਕਿਸਤਾਨ ਦੀ ਆਵਾਮ ਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਇੱਕ ਮੈਨੂੰ ਇੱਕ ਗਰੀਬ ਆਦਮੀ ਨੂੰ ਆਪਣੇ ਗਲ ਲਾਇਆ ਔਰ ਮੈਨੂੰ ਬੜਾ ਹੀ ਚੁੱਕਿਆ ਉਹਨਾਂ ਮਾਵਾਂ ਨੇ ਦੁਆਵਾਂ ਦੇ ਦੇ ਕੇ ਮੈਨੂੰ ਉੱਤੇ ਚੁੱਕ ਦਿੱਤਾ ਤੇ ਸਾਨੂੰ ਇੱਕ ਸਾਡੇ ਗੁਰੂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਉੱਥੇ ਆਈ ਦਾ ਆ ਕੇ ਬੜਾ ਪਿਆਰ ਮੁਹੱਬਤ ਮਿਲਦਾ ਬੜੇ ਲਾਹੌਰ ਦੇ ਵਿੱਚ ਬੜੇ ਬੱਚੇ ਨੇ ਬੱਚੀਆਂ ਨੇ ਕਾਲਜ ਜਾਂਦੇ ਨੇ ਜਿਹੜੇ ਬੱਚੇ ਉਹ ਕਈ ਮੈਨੂੰ ਡੈਡੀ ਕਹੀ ਜਾਂਦੇ ਨੇ ਹਨਾ ਤੇ ਬੜਾ ਪਿਆਰ ਮਿਲਦਾ ਬਹੁਤ ਪਿਆਰ ਆ ਰੱਜ ਕੇ ਪਿਆਰ ਮਿਲਦਾ ਤੁਸੀਂ ਖੁਸ਼ ਰਹੋ ਆਬਾਦ ਰਹੋ ਤੇ ਤੁਹਾਡੀ ਕੋਲ ਆਜ਼ਾਦੀ ਆ ਆਜ਼ਾਦੀ ਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰ ਰਹੇ ਹੋ ਅਸੀਂ ਗੁਲਾਮ ਹਾਂ ਸਾਡੇ ਕੋਲ ਆਜ਼ਾਦੀ ਨਹੀਂ ਹੈਗੀ ਹਾਂ ਇੱਥੇ ਆ ਕੇ ਅਸੀਂ ਆਜ਼ਾਦ ਹੈਗੇ ਹਾਂ ਦੇਸ਼ ਦੇ ਵਿੱਚ ਪਰ ਜਿੱਥੇ ਅਸੀਂ ਜੰਮੇ ਪਲੇ ਉੱਥੇ ਅਸੀਂ ਗੁਲਾਮ ਹਾਂ ਤੇ ਸਾਡੇ ਵਾਸਤੇ ਦੁਆ ਕਰੋ ਕਿ ਸਾਡੀ ਸਾਨੂੰ ਵੀ ਕਿਤੇ ਆਜ਼ਾਦੀ ਦਾ ਸਾਹ ਲੈਣਾ ਜਿਹੜਾ ਹੈਗਾ ਉਹ ਨਸੀਬ ਹੋਵੇ ਤੇ ਇਸ ਇਹਨਾਂ ਗੱਲਾਂ ਦੇ ਨਾਲੇ ਮੈਂ ਆਪ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਚੈਨਲ ਦੇ ਜ਼ਰੀਏ ਆਪਾਂ ਆਪਣੀਆਂ ਜਿਹੜੀਆਂ ਹੋਰ ਵੀ ਗੱਲਾਂ ਨੇ ਆਮ ਆਵਾਮ ਤੱਕ ਅਸੀਂ ਪਹੁੰਚਾਈਏ ਪਹੁੰਚਾ ਕੇ ਅਸੀਂ ਇੱਕ ਕਿਸੇ ਦਾ ਇਹ ਸੁਣ ਕੇ ਕਿਸੇ ਦਾ ਦੋ ਚੋਂ ਦਾ ਹੀ ਜੀਵਨ ਬਣ ਗਿਆ ਅਸੀਂ ਕਿਸੇ ਦੀ ਮਦਦ ਹੀ ਕਰ ਦਿੱਤੀ ਹਾਂਜੀ ਤੇ ਉਹਦੇ ਵਿੱਚ ਹੀ ਅੱਲਾਹ ਤਾਲਾ ਦੇ ਸਾਡੀ ਹਾਜ਼ਰੀ ਲੱਗ ਜਾਵੇ ਦੁਆ ਸਾਡੀ ਕਬੂਲ ਹੋ ਜਾਵੇ ਸੋ ਇੰਨੀਆਂ ਕੁ ਗੱਲਾਂ ਦੇ ਨਾਲ ਹੀ ਮੈਂ ਖਿਮਾ ਚਾਹੁੰਦਾ ਅਗਰ ਕਿਸੇ ਨੂੰ ਹਰਡ ਲੱਗੀ ਆ ਗੱਲ ਕਈ ਗੱਲਾਂ ਹੋ ਜਾਂਦੀਆਂ ਵਿੱਚ ਕੱਢਦਿਆਂ ਦੀਆਂ ਤੋ ਬੱਚਾ ਸਮਝ ਕੇ ਮਾਫ ਕਰਨੇ ਬਹੁਤ ਸ਼ੁਕਰੀਆ ਸਰਦਾਰ ਜੀ ਸਦਾ ਜਿਉਂਦੇ ਵਸਦੇ ਰਹੋ ਤੇ ਸਦਾ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਉਹ ਕਰਦੇ ਰਹੋ ਥੈਂਕ ਯੂ ਵੈਰੀ ਮਚ ਥੈਂਕ ਯੂ